ਫਿਲਮ ਦੇ ਵਿੱਚ ਲੱਗਦਾ ਕਿ ਨਹੀਂ ਉਹ ਫਿਲਮ 'ਚ ਸਲਮਾਨ ਖਾਨ ਜੀ ਦਿਖਾਉਂਦੇ ਨੇ, ਤਾਂ ਤੁਸੀਂ ਵੀ ਸ਼ੁਰੂ ਕਰ ਦਿੱਤੀ ਕਿ ਪੰਜਾਬ ਦਾ ਸਲਮਾਨ ਖਾਨ ਵੀ ਪਿੱਛੇ ਨਹੀਂ ਗਿਆ। ਮੈਂ ਜੀ ਹੁਣ ਤੱਕ ਜਿੰਨੇ ਕਿਰਦਾਰ ਨਿਭਾਏ ਨੇ ਨਾ, ਮੈਨੂੰ ਪਹਿਲੀ ਵਾਰੀ ਇਹ ਮਹਿਸੂਸ ਹੋਇਆ ਵੀ ਇਹ ਗਿਆ ਵੀ ਨਹੀਂ ਸੀਗਾ, ਇਹ ਸਾਹਿਬ ਹੈ। ਗੁੱਸੇ ਦੇ ਵਿੱਚ ਤਾਂ ਮੈਂ ਹੁਣ ਅੱਖਾਂ ਚੌੜੀਆਂ ਕਰਕੇ ਦੋ ਗਾਲਾਂ ਕੱਢ ਦੂੰ ਜਾਂ ਕੁਛ ਕਰ ਦੂੰ, ਹੈ ਨਾ, ਬੰਦੇ ਲੱਗੂ ਅੱਖਾਂ ਟੱਟ ਲਈਆਂ ਵੀ ਹਾਂ ਯਾਰ ਬੜੇ ਅੱਖਾਂ 'ਚ ਰੋ ਗਏ, ਹੈ ਨਾ, ਪਰ ਵੀ ਅੰਦਰ ਕੀ ਤੁਸੀਂ ਲੁਕੋਇਆ ਹੋਇਆ ਉਸ ਕਿਰਦਾਰ ਨੇ। ਉਹ ਸੀਨ ਕਰ ਰਹੀ ਸੀ ਅਤੇ ਮੈਂ ਕਿਹਾ ਕਿ ਮੈਂ ਕਿਹਾ ਮੈਂ ਨਹੀਂ, ਮੈਂ ਹੈ ਨਹੀਂ ਇੱਦਾਂ ਦੀ, ਮੈਂ ਕੀ ਕਰੂੰਗੀ। ਕਹਿੰਦੇ ਸ਼ਰਨ ਤੂੰ ਨਹੀਂ, ਇਹ ਤੇਰਾ ਕੈਰੈਕਟਰ ਇੱਦਾਂ ਦਾ ਹੈ ਤਾਂ ਤੈਨੂੰ ਕਰਨਾ ਪੈਣਾ। ਇੱਕ ਵਾਰੀ ਕਿਤੇ ਨਾ ਮੈਂ ਭੇਜਣਾ ਸੀ ਆਪਣੀ ਮਿਨਿਸਟਰੀ ਦੇ ਵਿੱਚ, ਉਦੋਂ ਅਜੇ ਲੌਕ ਨਹੀਂ ਸੀ ਹੋਇਆ, ਅਸੀਂ ਫਿਲਮ ਦੇ ਬਾਰੇ ਉਹਨਾਂ ਨੇ ਦੱਸਣਾ ਸੀਗਾ। ਮੈਂ ਵੈਸੇ ਹੀ ਨਾ ਕਾਸਟ ਦੇ ਵਿੱਚ ਫੀਮੇਲ ਹੀਰੋਇਨ ਮੈਂ ਸ਼ਰਨ ਕੌਰ ਉਹਨਾਂ ਨੂੰ ਲਿਖ ਕੇ ਭੇਜਦਾ ਸੀ। ਕੱਲ੍ਹ ਹੀ ਨਾ ਮੇਰੀ ਸਿਸਟਰ ਦਾ ਫੋਨ ਆਇਆ ਬਾਹਰੋਂ, ਅਤੇ ਮੇਰਾ ਭਾਣਜਾ, ਅਤੇ ਉਹਨੇ ਪਤਾ ਕੀ ਗੱਲ ਕਹੀ ਸੀਗੀ, ਉਹਨਾਂ ਨੇ ਕਹਿੰਦੇ ਆ ਕੁੜੀ ਕੈਟਰੀਨਾ ਤਾਂ ਸੋਹਣੀ ਹੈ। ਟ੍ਰੇਲਰ 'ਚ ਮਹਿਸੂਸ ਕੀਤਾ ਤੁਸੀਂ, ਅਸੀਂ ਸਰਦੀਆਂ ਦਿਖਾਈਆਂ ਨੇ ਜੀ, ਗਰਮੀਆਂ ਦੇ ਵਿੱਚ ਸ਼ੂਟ ਕੀਤਾ, ਲੋਹੜੀ ਬਾਲੀ ਆ। ਦੋਸਤੋ 22 ਮਾਰਚ 2024 ਨੂੰ ਸਿਨੇਮਾ ਹਾਲਾਂ ਦੇ ਵਿੱਚ ਲੱਗਦਾ ਕਿ ਰਸ਼ ਪੈਣ ਵਾਲਾ, ਕਿਉਂਕਿ ਇੱਕ ਖਾਸ ਮੂਵੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਫਿਲਮ ਸੰਗਰਾਂਦ। ਤਾਂ ਫਿਲਮ ਸੰਗਰਾਂਦ ਦੀ ਸਟਾਰਕਾਸਟ ਅੱਜ ਅੰਮ੍ਰਿਤਸਰ ਪਹੁੰਚੀ ਹੈ। ਸਭ ਤੋਂ ਪਹਿਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ, ਨਤਮਸਤਕ ਹੋਏ, ਤਾਂ ਉਸ ਤੋਂ ਬਾਅਦ ਪ੍ਰੈਸ ਦੇ ਨਾਲ ਰੂਬਰੂ ਹੋਣ ਵਾਸਤੇ ਪਹੁੰਚੇ ਨੇ। ਗੱਲਬਾਤ ਸਾਂਝੀ ਕਰ ਲੈਂਦੇ ਕਿ ਇਸ ਫਿਲਮ ਦੇ ਵਿੱਚ ਖਾਸ ਕੀ ਲਿਆਂਦਾ, ਤਾਂ ਸੰਗਰਾਂਦ ਹੀ ਕਿਉਂ ਰੱਖਿਆ ਗਿਆ? ਗਿਆਵੀ ਜੀ ਸਾਡੇ ਨਾਲ ਮੌਜੂਦ ਹੈ, ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਉੱਤੇ। ਥੈਂਕ ਯੂ ਜੀ, ਧੰਨਵਾਦ। ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲੇ ਮੇਰਾ ਸਵਾਲ ਹੀ ਹੈ, ਸੰਗਰਾਂਦ ਦੇ ਵਿੱਚ ਕੀ ਹੈ, ਕੌਣ ਹੈ ਸੰਗਰਾਂਦ, ਕੀ ਹੈ ਸੰਗਰਾਂਦ? ਮੈਂ ਜੀ, ਸਾਡਾ ਟਾਈਟਲ ਬਹੁਤ ਜ਼ਿਆਦਾ ਹੈਵੀ ਹੈ, ਲੋਕਾਂ ਨੇ ਸਭ ਤੋਂ ਪਹਿਲਾਂ ਤਾਂ ਜੀ ਇਹਨੂੰ ਪਸੰਦ ਇੰਨਾ ਜ਼ਿਆਦਾ ਕੀਤਾ, ਇੱਕ ਟਾਈਟਲ ਦੇ ਵਿੱਚ ਹੀ ਪੋਜ਼ਿਟਿਵਿਟੀ ਹੈ। ਸੋ ਇਹ ਤੋਂ ਢੁਕਵਾਂ ਟਾਈਟਲ ਸਾਡੀ ਫਿਲਮ ਦੇ ਲਈ ਨਹੀਂ ਹੋ ਸਕਦਾ ਸੀ, ਇੱਕ ਕਿਉਂਕਿ ਪਵਿੱਤਰ ਨਾਮ ਵੀ ਹੈਗਾ, ਅਤੇ ਸਭ ਤੋਂ ਵੱਡੀ ਜਿਹੜੀ ਮੈਂ ਇੱਕ ਪੋਜ਼ਿਟਿਵਿਟੀ ਦੀ ਗੱਲ ਮੰਨਦਾ ਵੀ ਆਪਣੇ ਦੇਸੀ ਮਹੀਨਿਆਂ ਦੇ ਪਹਿਲੇ ਦਿਨ ਆਪਾਂ ਸੰਗਰਾਂਦ ਮਨਾਉਂਦੇ ਹਾਂ ਕਿ ਗੁਰੂ ਘਰ ਜਾਂਦੇ ਹਾਂ, ਮੱਥਾ ਟੇਕਦੇ ਹਾਂ ਵੀ ਸਾਡਾ ਪੂਰਾ ਮਹੀਨਾ ਜਿਹੜਾ ਹੈਗਾ ਸੁੱਖ ਸਾਂਦਾ ਭਰਿਆ ਹੋਵੇ, ਵਧੀਆ ਨਿਕਲੇ। ਸੋ ਉਸੇ ਤਰੀਕੇ ਰਿਸ਼ਤਿਆਂ ਨੂੰ ਕਹਿੰਦੀ ਸਾਡੀ ਫਿਲਮ ਸੰਗਰਾਂਦ, ਜਦੋਂ ਉਤਾਰ ਚੜ੍ਹਾਅ ਆਉਂਦੇ ਨੇ, ਤੋ ਬਸ ਇਹੀ ਹੈ ਜੀ। ਸੰਗਰਾਂਦ ਵਿੱਚ ਲਿਆਂਦਾ ਕੀ ਆ ਫਿਰ? ਸੰਗਰਾਂਦ ਨਾਮ ਤਾਂ ਰੱਖ ਦਿੱਤਾ, ਲਿਆਂਦਾ ਕੀ ਆ ਖਾਸ ਪੰਜਾਬ ਦੇ ਲੋਕਾਂ ਵਾਸਤੇ? ਕਿਉਂਕਿ ਇੰਤਜ਼ਾਰ ਹੈ, ਟ੍ਰੇਲਰ ਦੇਖਣ ਤੋਂ ਬਾਅਦ ਲੋਕਾਂ ਨੂੰ ਇੰਤਜ਼ਾਰ ਹੈ ਕਿ ਥੋੜ੍ਹਾ ਜਿਹਾ ਸਾਨੂੰ ਪਤਾ ਲੱਗੇ ਕਿ ਹੈਗਾ ਕੀ ਹੈ, ਫਿਰ ਅਸੀਂ ਸਿਨੇਮਾ ਹਾਲਾਂ ਦੇ ਵਿੱਚ ਪਹੁੰਚੀਏ। ਹਾਂਜੀ, ਮੈਂ ਜਿਵੇਂ ਤੁਹਾਨੂੰ ਗੱਲ ਕੀਤੀ ਹੈ, ਹਰ ਇੱਕ ਵਰਗ ਦੇ ਲਈ ਇਹਦੇ ਵਿੱਚ ਕੁਛ ਨਾ ਕੁਛ ਹੈਗਾ, ਜੇ ਕੋਈ ਬੱਚਾ ਹੈਗਾ, ਜੇ ਬਜ਼ੁਰਗ ਹੈ, ਜੇ ਕੋਈ ਜਵਾਨ ਉਹ ਹੈਗੇ ਨੇ, ਅਤੇ ਬਾਕੀ ਰਿਸ਼ਤੇ ਆਪਾਂ ਨੂੰ ਪਤਾ ਕਿ ਆਪਣੀ ਜ਼ਿੰਦਗੀ 'ਚ ਕਿੰਨੀ ਮਹੱਤਤਾ ਰੱਖਦੇ ਨੇ, ਅਤੇ ਇਹਦੇ ਵਿੱਚ ਸਾਡੀ ਫਿਲਮ ਦੇ ਵਿੱਚ ਬਹੁਤ ਸਾਰੇ ਅਜਿਹੇ ਸੀਨਸ ਹੈਗੇ ਨੇ ਜਿਹੜੇ ਕਿਤੇ ਨਾ ਕਿਤੇ ਹਰ ਇੱਕ ਨੂੰ ਕਨੈਕਟ ਕਰਨਗੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਜਿਹੀਆਂ ਚੀਜ਼ਾਂ ਹੋਈਆਂ। ਹੁਣ ਜਿਵੇਂ ਆਪਣੇ ਪਹਿਲਾਂ ਸ਼ਰੀਕੇਬਾਜ਼ੀ ਵੀ ਬਹੁਤ ਹੁੰਦੀ ਸੀ, ਜਿਹਦੇ ਕਰਕੇ ਖਾਨਦਾਨਾਂ ਦੇ ਖਾਨਦਾਨ ਖਰਾਬ ਹੋ ਗਏ, ਹੈ ਨਾ ਜੀ। ਸੋ ਇਹਦੇ ਵਿੱਚ ਵੀ ਕਈ ਵਾਰ ਇੱਦਾਂ ਦੇ ਇੰਸੀਡੈਂਟ ਹੈਗੇ ਨੇ, ਪਰ ਉਹੀ ਹੈ ਵੀ ਇਹਨਾਂ ਚੀਜ਼ਾਂ ਦੇ ਵਿੱਚ ਬਦਲੇ ਦੀ ਭਾਵਨਾ ਦੇ ਵਿੱਚ ਜਾਂ ਇਹਨਾਂ ਦੇ ਵਿੱਚ ਕੁਛ ਧਰਿਆ ਨਹੀਂ ਹੈਗਾ ਵੀ ਜੇ ਆਪਾਂ ਮਿਲ ਜੁਲ ਕੇ ਬੈਠ ਲਈਏ, ਉਹ ਗੱਲਾਂ ਨੂੰ ਸੁਲਝਾ ਲਈਏ, ਕੁਛ ਗੱਲਾਂ ਸਾਹਮਣੇ ਵਾਲਾ ਬੰਦਾ ਭੁੱਲ ਜਾਏ, ਅਸੀਂ ਉਹ ਕਰ ਜਾਈਏ, ਤਾਂ ਕਿ ਸਾਡੀ ਜ਼ਿੰਦਗੀ ਇੱਕ ਵਧੀਆ ਸਮੂਦਲੀ ਚੱਲ ਸਕੇ, ਇੱਕ ਆਪਾਂ ਚੰਗਾ ਸਮਾਜ ਸਿਰਜ ਸਕੀਏ। ਪੰਜਾਬ, ਪੰਜਾਬੀਅਤ ਨੂੰ ਦਰਸਾਉਣਾ ਸਾਡਾ ਵਿਰਸਾ ਹੈ ਜੀ। ਸੋ ਸਾਡੀ ਉਹਦੀ ਕੀ ਖੁਸ਼ਬੂ ਹੈ ਪੰਜਾਬ ਦੀ, ਸਾਡੇ ਰਿਸ਼ਤਿਆਂ ਦੀ ਕੀ ਖੁਸ਼ਬੂ ਹੈ, ਉਹ ਸਾਰੀਆਂ ਚੀਜ਼ਾਂ ਅਸੀਂ ਸੰਗਰਾਂਦ ਦੇ ਵਿੱਚ ਕਰੀਏ। ਕਿਰਦਾਰ ਨਿਭਾਇਆ ਗਿਆ ਤੁਹਾਡੇ ਵੱਲੋਂ, ਕਿੰਨਾ ਕੁ ਔਖਾ ਰਿਹਾ ਇਸ ਕਿਰਦਾਰ ਨੂੰ ਨਿਭਾਉਣਾ? ਕਿਉਂਕਿ ਵੈਸੇ ਵੀ ਤੁਸੀਂ ਕਾਫੀ ਕਿਰਦਾਰ ਨਿਭਾ ਚੁੱਕੇ ਜੇ, ਹਿੰਦੀ ਮੂਵੀ ਦੇ ਵਿੱਚ ਵੀ ਅਸੀਂ ਕਹਿ ਸਕਦੇ ਕਿ ਪੂਰੇ ਜਜ਼ਬੇ ਦੇ ਨਾਲ ਉੱਥੇ ਪਹੁੰਚੇ, ਅਤੇ ਇਸ ਫਿਲਮ ਵਿੱਚ, ਆਪਣੀ ਫਿਲਮ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਿ ਆਪਣਾ ਕਿਰਦਾਰ ਜਿਹੜਾ ਨਿਭਾਇਆ? ਮੈਂ ਜੀ ਹੁਣ ਤੱਕ ਜਿੰਨੇ ਕਿਰਦਾਰ ਨਿਭਾਏ ਨੇ ਨਾ, ਮੈਨੂੰ ਪਹਿਲੀ ਵਾਰੀ ਇਹ ਮਹਿਸੂਸ ਹੋਇਆ ਵੀ ਇਹ ਗਿਆ ਵੀ ਨਹੀਂ ਸੀਗਾ, ਇਹ ਸਾਹਿਬ ਹੈ। ਸੋ ਮੈਂ ਕਾਫੀ, ਮਤਲਬ ਮੇਰੇ ਲਈ ਇੱਦਾਂ ਸੀਗਾ ਕਿਉਂਕਿ ਬਹੁਤ ਸਟਲ ਜਿਹਾ ਕਿਰਦਾਰ ਹੈਗਾ,
ਸਾਰੇ ਕਿਰਦਾਰ ਇੱਦਾਂ ਨੇ ਜਿਵੇਂ ਸ਼ਰਨ ਜੀ ਨੇ ਉਹਨਾਂ ਨੇ ਕਿਹਾ ਸੀ, ਜਿਵੇਂ ਉਹਨਾਂ ਦਾ ਕਿਰਦਾਰ ਹੈ ਇਹ ਵੀ ਡਾਇਲੋਗਸ ਦੇ ਵਿੱਚ ਵੀ ਪ੍ਰੋਮੋ 'ਚ ਤੁਸੀਂ ਦੇਖਿਆ ਹੋਣਾ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਇੱਦਾਂ ਲੱਗਦਾ ਵੀ ਪਤਾ ਨਹੀਂ ਚੁੱਪ ਚੁੱਪ ਰਹਿਣ ਜਾਂ ਕੀ ਹੈ। ਸੋ ਉਹ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਕੁਛ ਅਜਿਹੇ ਹਾਦਸੇ ਹੁੰਦੇ ਨੇ ਹੈ ਨਾ, ਜਿਹਨਾਂ ਕਰਕੇ ਜੋ ਵੀ ਸਿਚੁਏਸ਼ਨ ਹੈਗੀ ਫਿਲਮ ਦੀ ਕਹਾਣੀ ਉਹ ਮੈਂ ਨਹੀਂ ਦੱਸ ਸਕਦਾ, ਪਰ ਉਹ ਚੀਜ਼ਾਂ ਨੂੰ ਨਿਭਾਉਣਾ ਪੈਸੇ ਖਰਚਣਗੇ ਫਿਰ ਹੀ ਪੂਰੀ ਵੇਖਣਗੇ, ਇਸ ਤਰ੍ਹਾਂ ਨਹੀਂ ਦੱਸਣੀ। ਅੱਛਾ ਹਾਂਜੀ ਹਾਂਜੀ, ਸੋ ਉਹ ਤਾਂ ਹਾਂਜੀ, ਸੋ ਇਹ ਕਾਫੀ ਟਫ ਸੀਗਾ ਜੀ, ਕਿਉਂਕਿ ਜਿੰਨਾ ਈਜ਼ੀ ਕਿਰਦਾਰ ਹੁੰਦਾ ਹੈਗਾ ਬੰਦਾ ਕਹਿ ਦਿੰਦਾ ਯਾਰ ਤਾਂ ਸੌਖੀ ਜੀ ਲਾਈਨ ਹੈ ਜਾਂ ਕੁਛ ਵੀ, ਉਹਨਾਂ ਮੈਂ ਕਹਿੰਦਾ ਨਿਭਾਉਣਾ ਔਖਾ। ਗੁੱਸੇ ਦੇ ਵਿੱਚ ਤਾਂ ਮੈਂ ਹੁਣ ਅੱਖਾਂ ਚੌੜੀਆਂ ਕਰਕੇ ਦੋ ਗਾਲਾਂ ਕੱਢ ਦੂੰ ਜਾਂ ਕੁਛ ਉਹ ਕਰ ਦੂੰ, ਹਨੇ ਬੰਦਾ ਲੱਗੂ ਅੱਖਾਂ ਟੱਡ ਲਈਆਂ ਵੀ ਹਾਂ ਯਾਰ ਬੜੇ ਅੱਖਾਂ 'ਚ ਰੋਹ ਹੈ ਹਨੇ, ਪਰ ਵੀ ਅੰਦਰ ਕੀ ਤੁਸੀਂ ਲੁਕੋਇਆ ਹੋਇਆ ਉਸ ਕਿਰਦਾਰ ਨੇ ਉਸ ਚਿਹਰੇ ਦੇ ਵਿੱਚ, ਉਹ ਚੀਜ਼ਾਂ ਕਹਿਣੀਆਂ ਉਹ ਮੈਨੂੰ ਸਭ ਤੋਂ ਕਿਰਦਾਰ ਦੇ ਵਿੱਚ ਵੜਨਾ ਸਭ ਤੋਂ ਔਖਾ ਹੈ। ਤਾਂ ਕੈਰੈਕਟਰ ਮੈਨੂੰ ਸੁਣਾਇਆ ਸੀਗਾ, ਬਿਕੋਜ਼ ਪੂਰੀ ਸਟੋਰੀ ਸੁਣਾਉਂਦੇ ਤਾਂ ਉਦੋਂ ਇੰਨਾ ਜਸਟੀਫਾਈ ਨਹੀਂ ਹੁੰਦਾ, ਅਤੇ ਮੈਂ ਸੀਨ ਕਰ ਰਹੀ ਸੀ, ਮੇਰਾ ਰੋਣ ਵਾਲਾ ਸੀ, ਮਤਲਬ ਜੋ ਸਟੋਰੀ ਦੇ ਹਿਸਾਬ ਨਾਲ ਸੀਨ ਸੀਗਾ, ਅਤੇ ਮੇਰੇ ਜੋ ਰਾਈਟਰ ਡਾਇਰੈਕਟਰ ਨੇ ਇੰਦਰਪਾਲ ਜੀ, ਬਿਕੋਜ਼ ਸ਼ਰੀਕ ਉਹਨਾਂ ਨੇ ਲਿਖੀ ਸੀਗੀ ਮੇਰੇ ਲਈ, ਅਤੇ ਜਦੋਂ ਮੈਂ ਇਹਨਾਂ ਨਾਲ ਉਹ ਸੀਨ ਕਰ ਰਹੀ ਸੀ ਅਤੇ ਮੈਂ ਕਿਹਾ ਕਿ ਮੈਂ ਹੈ ਨਹੀਂ ਇੱਦਾਂ ਦੀ, ਮੈਂ ਕੀ ਕਰੂੰਗੀ, ਕਹਿੰਦੇ ਸ਼ਰਨ ਤੂੰ ਨਹੀਂ, ਇਹ ਤੇਰਾ ਕੈਰੈਕਟਰ ਇੱਦਾਂ ਦਾ ਹੈ ਤਾਂ ਤੈਨੂੰ ਕਰਨਾ ਪੈਣਾ। ਮੈਂ ਕਿਹਾ ਤੁਸੀਂ ਸ਼ਰੀਕ ਜਦੋਂ ਮੈਨੂੰ ਇੰਨਾ ਵਧੀਆ ਸਟਰੋਂਗ ਬਣਾਇਆ ਸੀਗਾ ਤਾਂ ਹੁਣ ਕਿਉਂ, ਕਹਿੰਦੇ ਇਹੀ ਤਾਂ ਕਿਰਦਾਰ ਦੀ ਖਾਸੀਅਤ ਹੁੰਦੀ ਹੈ ਕਿ ਡਿਫਰੈਂਟ ਕਰਨ ਨੂੰ ਮਿਲਦਾ, ਐਂਡ ਆਈ ਐਮ ਬਲੈਸਡ ਕਿ ਮੈਨੂੰ ਇਹ ਚਾਂਸ ਮਿਲ ਰਿਹਾ ਕਿ ਡਿਫਰੈਂਟ ਡਿਫਰੈਂਟ ਸ਼ੇਡਸ ਪਲੇਅ ਕਰਨ ਨੂੰ ਮਿਲ ਰਿਹਾ, ਹਜੇ ਮੈਨੂੰ ਲੱਗਦਾ ਸ਼ੁਰੂਆਤ ਹੈ ਔਰ ਹੋਰ ਵੀ ਬਹੁਤ ਜ਼ਿਆਦਾ ਆਪਣੀ ਆਡੀਅੰਸ ਨੂੰ ਇੰਟਰਟੇਨ ਕਰਾਂਗੇ। ਮੈਂ ਗੱਲ ਕਹਿਣੀ ਚਾਹੂੰਗਾ, ਜਦੋਂ ਨਾ ਕਾਸਟਿੰਗ ਦੀ ਗੱਲ ਸੀਗੀ, ਸਭ ਤੋਂ ਪਹਿਲਾਂ ਜਦੋਂ ਗੱਲ ਹੋਈ ਵੀ ਇਹ ਕੀਰਤ ਕੌਣ ਹੋ ਸਕਦੀ ਹੈ, ਤਾਂ ਇੰਦਰ ਉਹਨਾਂ ਨੇ ਉਦੋਂ ਇੱਕ ਨਾਮ ਲਿਆ ਸੀਗਾ ਸ਼ਰਨ, ਤਾਂ ਇੱਕੋ ਦਮ ਇਹਨਾਂ ਦੀ ਉਹ ਸਾਰੀ ਇਮੇਜ ਜਿਹੜੀ ਇਹਨੇ ਲਾਸਟ ਫਿਲਮ ਸੀਗੀ ਸ਼ਰੀਕ 2 ਉਹ ਚੀਜ਼ ਸਾਹਮਣੇ ਆ ਗਈ, ਸੈਟ ਕੇ ਡਨ। ਅਤੇ ਜਿਵੇਂ ਡੈਸਟੀ ਹੁੰਦੀ ਹੈ ਉਦੋਂ ਇਹਨਾਂ ਕੋਲ ਡੇਟਸ ਹੈ ਨਹੀਂ ਸੀਗੀਆਂ, ਠੀਕ ਹੈ, ਇੱਕ ਰੋਲਰ ਕੋਸਟਰ ਸਟੋਰੀ ਹੈਗੀ ਹੈ ਕਿੱਦਾਂ ਆਏ, ਪਰ ਇੱਕ ਜਿਵੇਂ ਵਾਹਿਗੁਰੂ ਜੀ ਦਾ ਉਹ ਹੁੰਦਾ ਨਾ ਇੱਕ ਅੰਦਰੋਂ ਹੀ ਸੀਗਾ, ਕਿਉਂਕਿ ਉਦੋਂ ਜਦੋਂ ਸ਼ੂਟ ਕਰਨੇ ਸੀ ਬਿਜ਼ੀ ਸੀਗੇ, ਫਿਰ ਥੋੜ੍ਹਾ ਜਿਹਾ ਸੀ ਚਲੋ ਇੱਧਰ ਉੱਧਰ ਭੱਜ ਨੱਠ ਕੀਤੀ ਤੁਹਾਡੇ ਕਰਕੇ ਮੂਵੀ ਡਿਲੇ ਹੋ ਗਈ ਸੀ ਰਿਲੀਜ਼ਿੰਗ, ਤਾਂ ਉਹ ਤੋਂ ਬਾਅਦ ਦੇ ਵਿੱਚ ਅਸੀਂ ਕਾਫੀ ਕਲੋਜ਼ ਸੀਗੇ ਅਤੇ ਇਹਨਾਂ ਦੀ ਫਿਲਮ ਆਪਣਾ ਕੀ ਕਹਿੰਦੇ ਨੇਗੇ ਡਿਲੇ ਹੋ ਗਈ, ਤਾਂ ਉਹ ਫਿਰ ਚਲੋ ਓਬਵੀਅਸ ਹੈ ਹੁਣ ਫਿਲਮ ਦੇ ਵਿੱਚ ਆ ਹੀ ਗਏ, ਇਹਨਾਂ ਨੇ ਆਉਣਾ ਸੀਗਾ ਇੱਕ ਵਾਰੀ ਕਿਤੇ ਨਾ, ਮੈਂ ਭੇਜਣਾ ਸੀ ਆਪਣੀ ਮਿਨਿਸਟਰੀ ਦੇ ਵਿੱਚ, ਉਦੋਂ ਅਜੇ ਲੌਕ ਨਹੀਂ ਸੀ ਹੋਇਆ, ਅਸੀਂ ਫਿਲਮ ਦੇ ਬਾਰੇ ਉਹਨਾਂ ਨੇ ਦੱਸਣਾ ਸੀਗਾ, ਮੈਂ ਵੈਸੇ ਹੀ ਨਾ ਕਾਸਟ ਦੇ ਵਿੱਚ ਫੀਮੇਲ ਹੀਰੋਇਨ ਮੈਂ ਸ਼ਰਨ ਕੌਰ ਉਹਨਾਂ ਨੂੰ ਲਿਖ ਕੇ ਭੇਜਦਾ ਸੀ, ਅਜੇ ਕੁਛ ਨਹੀਂ ਸੀਗਾ, ਅਤੇ ਮੈਂ ਉਦੋਂ ਇੰਦਰ ਨਾਲ ਹੀ ਗੱਲ ਕਰ ਰਿਹਾ ਸੀ, ਮੈਂ ਕਿਹਾ ਵੀ ਇੰਦਰ ਉਹੀ ਹੋਣਗੇ, ਦੇਖੀ ਰੱਬ ਨੇ ਆਪੇ ਢੋਮੇਲੇ ਬਣਾ ਦੇਣੇ। ਅਤੇ ਅੱਛਾ ਸਲਮਾਨ ਖਾਨ ਦੇ ਨਾਲ ਤੁਸੀਂ ਕਾਫੀ ਕੰਮ ਕੀਤਾ ਹੈ ਨਾ, ਤਾਂ ਕਿਤੇ ਆ ਬੋਡੀ ਜਿਹੜੀ ਦਿਖਾ ਰਹੇ ਫਿਲਮ ਦੇ ਵਿੱਚ ਲੱਗਦਾ ਕਿ ਨਹੀਂ ਉਹ ਫਿਲਮ 'ਚ ਸਲਮਾਨ ਖਾਨ ਜੀ ਦਿਖਾਉਂਦੇ ਨੇ, ਤਾਂ ਤੁਸੀਂ ਵੀ ਸ਼ੁਰੂ ਕਰ ਦਿੱਤੀ ਕਿ ਪੰਜਾਬ ਦਾ ਸਲਮਾਨ ਖਾਨ ਵੀ ਪਿੱਛੇ ਨਹੀਂ ਕਿਤੇ ਨਹੀਂ ਜੀ, ਆਪਾਂ ਗਿਆ ਵੀ ਚਾਹਲਾਂ ਜੀ ਪੰਜਾਬ ਦੇ, ਸੋ ਬਾਕੀ ਕਿਉਂਕਿ ਇੱਕ ਕੰਪਲੀਮੈਂਟ ਹੈ ਜੀ, ਕਿਉਂਕਿ ਸਲਮਾਨ ਬਹੁਤ ਵੱਡੇ ਕਲਾਕਾਰ ਨੇ, ਜੇ ਕੋਈ ਬੰਦਾ ਉਹਨਾਂ ਦੇ ਨਾਲ ਮੇਰਾ ਨਾਮ ਜੋੜਦਾ ਹੈਗਾ, ਸੋ ਆਈ ਫੀਲ ਬਲੈਸਡ, ਥੈਂਕਸ ਟੂ ਗੋਡ। ਅਤੇ ਜੇ ਮੈਂ ਸਲਮਾਨ ਹਾਂ ਤਾਂ ਮੈਨੂੰ ਕੱਲ੍ਹ ਹੀ ਨਾ ਮੇਰੀ ਸਿਸਟਰ ਦਾ ਫੋਨ ਆਇਆ ਬਾਹਰੋਂ, ਅਤੇ ਮੇਰਾ ਭਾਣਜਾ, ਅਤੇ ਉਹਨੇ ਪਤਾ ਕੀ ਗੱਲ ਕਹੀ ਸੀਗੀ, ਉਹਨਾਂ ਨੇ ਕਹਿੰਦੇ ਆਹ ਕੁੜੀ ਕੈਟਰੀਨਾ ਤੋਂ ਸੋਹਣੀ ਹੈ, ਦਿਖਾ ਦਿਓ ਜਰਾ ਇੱਕ ਵਾਰੀ ਚੰਗੀ ਤਰ੍ਹਾਂ ਕੁੜੀ। ਹਾਂਜੀ, ਉਹਨੇ ਬਿਕੋਜ਼ ਉਹਨੂੰ ਪੰਜਾਬੀ ਸਿਨੇਮੇ ਦਾ ਪਤਾ ਨਹੀਂ, ਬੋਰਨ ਬਰੋਟ ਅਪ ਉੱਥੇ ਆ, ਤਾਂ ਉਹ ਕਹਿੰਦਾ ਮੋਮ ਸ਼ੀ ਇਜ਼ ਕਿਊਟ ਹੈ ਨਾ, ਉਹ ਸੋਹਣੀ ਆ, ਮਾਮਾ ਜੀ ਦੀ ਕਹਿੰਦੇ ਜਿਹੜੀ ਫਿਲਮ ਸੀਗੀ ਨਾ ਉਹ 'ਚ ਮਤਲਬ ਕੈਟਰੀਨਾ ਸੀ, ਬਟ ਸ਼ੀ ਇਜ਼ ਮੋਰ ਬਿਊਟੀਫੁਲ ਦੈਨ ਹਰ। ਸੋ ਮੈਂ ਹੁਣ ਚੰਗਾ ਲੱਗਾ, ਅੱਛਾ ਬਤਾਈਏ ਸਾਨੂੰ
ਮੈਨੂੰ ਇਹ ਦੱਸੋ, ਫਿਲਮ ਜਦੋਂ ਸ਼ੂਟ ਹੋ ਰਹੀ ਸੀ ਉਹਦੇ ਵਿੱਚ ਕੋਈ ਐਸਾ ਪਲ ਮੈਨੂੰ ਦੱਸ ਦਿਓ ਜਿਹੜਾ ਸਾਡਾ ਵਾਸਤੇ ਦਿਮਾਗ 'ਚ ਘਰ ਕਰ ਗਿਆ ਕਿ ਯਾਰ ਇਹ ਪਲ ਜਿਹੜਾ ਨਾ ਇਹ ਕਦੀ ਨਹੀਂ ਭੁੱਲ ਸਕਦਾ। ਆਈ ਥਿੰਕ ਹਰ ਸੈੱਟ 'ਚ ਅਸੀਂ ਨਵੇਂ, ਸਾਰੀ ਟੀਮ ਨਵੀਂ ਹੁੰਦੀ ਹੈ, ਨਵਾਂ ਕਿਰਦਾਰ ਹੁੰਦਾ, ਨਵੇਂ ਆਰਟਿਸਟ ਹੁੰਦੇ ਆ, ਬਹੁਤ ਕੁਝ ਸਿੱਖਣ ਨੂੰ ਤਾਂ ਮਿਲਦਾ ਹੀ ਮਿਲਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀ ਮੈਮਰੀਜ਼ ਇੱਦਾਂ ਹੁੰਦੀਆਂ ਕਿ ਸਾਨੂੰ ਵੀ ਕਈ ਵਾਰੀ ਉਹ ਯਾਦ ਨਹੀਂ ਹੁੰਦਾ, ਪਰ ਜਦੋਂ ਯਾਦ ਆਉਂਦਾ ਉਹ ਬਹੁਤ ਕਨੈਕਟਡ ਹੁੰਦੀ ਹੈ। ਬੜੇ ਸਾਰੇ ਸੀਨ ਸਾਡੇ ਇੱਦਾਂ ਦੇ ਹੋਏ ਨੇ ਕਿ ਜੋ ਆਈ ਥਿੰਕ ਮੈਂ ਵੀ ਨਹੀਂ ਕਦੀ ਸੋਚਿਆ ਹੋਊਗਾ ਕਿ ਮੈਂ ਉਹ ਕਰ ਸਕਦੀ ਹਾਂ, ਕਿਤੇ ਨਾ ਕਿਤੇ ਮਤਲਬ ਚਾਹੁੰਦੇ ਹਾਂ ਬਟ ਉਹ ਹੋ ਨਹੀਂ ਸਕਦਾ। ਔਰ ਬੈਸਟ ਪਾਰਟ ਕਹਿ ਲਓ ਜਾਂ ਫਿਰ ਇੱਕ ਆਰਟਿਸਟ ਨੂੰ ਕਹਿੰਦੇ ਕਿ ਆਰਟਿਸਟ ਦੀ ਲਾਈਫ ਬਹੁਤ ਵਧੀਆ ਹੁੰਦੀ, ਪਰ ਇੰਨੀ ਵੀ ਈਜ਼ੀ ਨਹੀਂ ਹੁੰਦੀ। ਆਪਾਂ 40 ਡਿਗਰੀ ਦੀ ਧੁੱਪ ਵਿੱਚ ਠੰਡ ਦੇ ਕੱਪੜੇ ਪਾ ਕੇ ਜਿਹੜਾ ਸ਼ੂਟ ਕੀਤਾ ਨਾ, ਸਾਡੇ ਨਾਲ ਖਾਸ ਕਰ ਫੀਮੇਲ ਆਰਟਿਸਟ ਨਾਲ ਬੜਾ ਹੁੰਦਾ, ਜਦੋਂ ਬਰਫ਼ ਹੁੰਦੀ ਆ ਉਦੋਂ ਸ਼ੋਰਟ ਕੱਪੜੇ ਪਵਾ ਦਿੰਦੇ ਆ, ਜਦੋਂ ਗਰਮੀ ਹੁੰਦੀ ਆ ਉਦੋਂ ਕੋਟੀਆਂ ਪਵਾ ਦਿੰਦੇ ਨੇ। ਅਗਰ ਉਹਦਾ ਤਾਂ ਇਹ ਕਰਦੇ ਉਲਟਾ ਪੁਲਟਾ ਕੰਮ ਕਰ ਦਿੰਦੇ। ਆਈ ਥਿੰਕ ਆਹੀ ਤਾਂ ਸਾਡੀ ਲਾਈਫ ਆ, ਅਤੇ ਜਦੋਂ ਆਪਣੇ ਕੰਮ ਨਾਲ ਇੰਨਾ ਪਿਆਰ ਹੋਵੇ, ਪੈਸ਼ਨ ਹੋਵੇ, ਅਤੇ ਮੈਂ ਤਾਂ ਖੁਸ਼ੀ ਖੁਸ਼ੀ ਕਰਨ ਨੂੰ ਤਿਆਰ ਹਾਂ, ਬਸ ਕਰਨਾ ਚਾਹੀਦਾ। ਟ੍ਰੇਲਰ 'ਚ ਮਹਿਸੂਸ ਕੀਤਾ ਤੁਸੀਂ, ਅਸੀਂ ਸਰਦੀਆਂ ਦਿਖਾਈਆਂ ਨੇ ਜੀ, ਗਰਮੀਆਂ ਦੇ ਵਿੱਚ ਸ਼ੂਟ ਕੀਤਾ, ਲੋਹੜੀ ਬਾਲੀ ਆ, ਓਕੇ। ਅਤੇ ਸਾਡੇ ਲਈ ਇਹ ਸੀਗਾ ਕਦੇ, ਕਿਉਂਕਿ ਕੁੜੀਆਂ ਨਾ ਮੇਕਅਪ ਲਈ ਬਹੁਤ ਟਾਈਮ ਲੈਂਦੀਆਂ ਹੁੰਦੀਆਂ, ਹੈ ਨਾ ਜੀ, ਸੈੱਟ ਦੇ ਉੱਤੇ ਵੇਟ ਕਰਦੇ ਰਹੇ ਨੇ, ਅਤੇ ਇੰਨੀ ਗਰਮੀ ਦੇ ਵਿੱਚ ਜਦੋਂ ਤੁਸੀਂ ਕੋਟੀਆਂ ਪਾਈਆਂ ਨੇ, ਉੱਤੋਂ ਇਹਨਾਂ ਨੇ ਸ਼ੋਲ ਵੀ ਲਿਆ ਹੋਇਆ ਸੀ, ਕੋਟੀ ਪਾਈ ਉੱਤੋਂ ਸ਼ੋਲ, ਉੱਤੋਂ ਲੇੜੀ ਆਪਣਾ ਲੋਹੜੀ ਦੀ ਅੱਗ ਸੇਕਣੀ ਸੀਗੀ, ਪਰ ਕਦੇ ਵੀ ਇਹ ਨਹੀਂ ਹੋਇਆ ਕਿ ਟੱਚਅਪ ਦੇ ਲਈ ਸਾਨੂੰ ਉਹ ਕਰਨਾ ਪਿਆ। ਅਤੇ ਮੈਂ ਇੱਕ ਹੋਰ ਗੱਲ ਕਹਿਣਾ, ਆਪਾਂ ਨੂੰ ਸ਼ਾਇਦ ਇੰਨੀ ਗਰਮੀ ਮਹਿਸੂਸ ਵੀ ਨਹੀਂ ਹੋਈ, ਕਿਉਂਕਿ ਜਦੋਂ ਤੁਸੀਂ ਉਹ ਚੀਜ਼ 'ਚ ਖੁੱਭ ਜਾਂਦੇ ਹੋ ਨਾ, ਸਾਰੀ ਮਾਨਸਿਕਤਾ ਜੀ, ਜਿਵੇਂ ਤੁਸੀਂ ਆਪਣੇ ਆਪ ਨੂੰ ਜੋੜ ਲੈਣਾ। ਅਸੀਂ ਕਦੇ ਵੀ ਕਿਸੇ ਨੇ ਆਰਟਿਸਟ ਨੇ ਇਹ ਸ਼ਿਕਾਇਤ ਹੀ ਨਹੀਂ ਕੀਤੀ ਵੀ ਇੰਨੀ ਗਰਮੀ ਦੇ ਵਿੱਚ ਤੁਸੀਂ ਸਾਨੂੰ ਕੋਟੀ ਪਵਾਈ ਜਾਂਦੇ ਹੋ, ਤੁਸੀਂ ਸਾਨੂੰ ਆਹ ਕਰਾਈ ਜਾਂਦੇ ਹੋ, ਐਕਸ਼ਨ ਵੀ ਕੀਤਾ ਹੈਗਾ ਗਾ, ਇਹਨਾਂ ਨੇ ਡਾਂਸ ਵੀ ਕੀਤਾ ਹੈਗਾ ਗਾ। ਸੋ ਉਹ ਇੱਕ ਆਈ ਥਿੰਕ ਜਦੋਂ ਤੁਸੀਂ ਆਪਣੇ ਕਿਰਦਾਰ ਨਾਲ ਜੁੜ ਗਏ ਤਾਂ ਉਹ ਸਾਰੀਆਂ ਚੀਜ਼ਾਂ ਫਿਰ ਮਹਿਸੂਸ ਨਹੀਂ ਹੁੰਦੀਆਂ, ਤਾਂ ਮੈਨੂੰ ਲੱਗਦਾ ਪਸੀਨਾ ਵੀ ਨਹੀਂ ਆਇਆ ਹੈਗਾ। ਪੰਜਾਬ ਦੇ ਇਸ ਤਰ੍ਹਾਂ ਦੇ ਨੌਜਵਾਨ ਨੂੰ ਉਹ ਕਦੀ ਲੋਕ ਨਹੀਂ ਭੁੱਲਦੇ ਜਿਨ੍ਹਾਂ ਵਾਸਤੇ ਕੋਈ ਕੁਰਬਾਨੀ ਦਿੱਤੀ ਹੋਵੇ। ਕਿਸਾਨੀ ਅੰਦੋਲਨ ਸੀ, ਉਦੋਂ ਤੁਸੀਂ ਫਿਲਮਾਂ ਛੱਡ ਦਿੱਤੀਆਂ ਸੀ ਕਿ ਨਹੀਂ ਅੱਜ ਮੈਂ ਕਿਸਾਨੀ ਅੰਦੋਲਨ ਵਾਲਾ ਹੈਗਾ, ਫਿਲਮਾਂ ਤੱਕ ਛੱਡ ਦਿੱਤੀਆਂ ਸੀ। ਹਾਂਜੀ ਬਸ ਜੀ, ਜੇ ਤੁਸੀਂ ਇੰਨਾ ਮਾਣ ਬਖਸ਼ੋ ਜੀ, ਥੈਂਕ ਯੂ। ਪਰ ਮੈਂ ਕਹਿੰਦਾ ਜੀ ਮੇਰਾ ਫਰਜ਼ ਸੀ, ਉਹ ਕੋਈ ਐਡੀ ਮੇਰੇ ਵੱਲੋਂ ਐਡੀ ਵੱਡੀ ਗੱਲ ਨਹੀਂ ਸੀਗੀ। ਚਲੋ ਲੋਕਾਂ ਨੇ ਇੰਨਾ ਪਿਆਰ ਦਿੱਤਾ, ਇਸ ਗੱਲ ਨੂੰ ਇੱਦਾਂ ਲਿਆ, ਕਿਉਂਕਿ ਮੈਨੂੰ ਉਦੋਂ ਲੱਗਿਆ ਵੀ, ਕਿਉਂਕਿ ਕਾਫੀ ਜ਼ਿਆਦਾ ਮਾਹੌਲ ਤੁਸੀਂ ਦੇਖਿਆ ਕਿੱਦਾਂ ਪਰਿਵਾਰ ਉੱਥੇ, ਬਜ਼ੁਰਗ ਬੱਚੇ, ਹੈ ਨਾ ਜੀ, ਅੱਜ ਫਿਰ ਉਹੀ ਮਾਹੌਲ ਨਜ਼ਰ ਆ ਰਿਹਾ। ਹਾਂਜੀ ਹਾਂ, ਅਤੇ ਹੁਣ ਵੀ ਇਹ, ਪਰ ਠੀਕ ਹੈ ਜੀ, ਹੁਣ ਅਸੀਂ ਜ਼ਿਆਦਾ ਹੋਰ ਸਟਰੋਂਗ ਹੋ ਗਏ ਅਤੇ ਬੜੀ ਜਲਦੀ ਜਿੱਤ ਮਿਲੂਗੀ ਜੀ। ਪ੍ਰੋਡਿਊਸਰ ਦਾ ਬੜਾ ਵੱਡਾ ਕੰਮ ਹੁੰਦਾ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਕਿ ਪਿੱਛੇ ਖੜ ਕੇ ਗਾਈਡ ਜਿਹੜਾ ਕਰਨਾ ਜਾਂ ਸਭ ਕੁਝ ਕਰਨਾ ਸਭ ਪ੍ਰੋਡਿਊਸਰ ਦਾ ਹੀ ਕੰਮ ਹੁੰਦਾ। ਕੀ ਕਿੱਥੇ ਕਿੱਥੇ ਇਹ ਫਿਲਮ ਸ਼ੂਟ ਹੋਈ ਸੀ, ਕੀ ਕੁਝ ਇਹਦੇ ਵਿੱਚ ਹੋਇਆ? ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ। ਸਾਡੀ ਫਿਲਮ ਬਠਿੰਡੇ ਦੇ ਇਲਾਕੇ ਸ਼ੂਟ ਹੋਈ, ਸਾਡੀ ਜਿੰਨੀ ਵੀ ਸਟਾਰ ਕਾਸਟ ਹੈਗੀ ਸੀ ਸਾਰਿਆਂ ਨੇ ਬੜੀ ਮਿਹਨਤ ਨਾਲ, ਬਹੁਤ ਮਿਹਨਤ ਨਾਲ ਕਰਕੇ ਇਹ ਬਹੁਤ ਬਹੁਤ ਹੀ ਅੱਛੀ ਤਰ੍ਹਾਂ ਬਣਾਈ ਹੈ, ਮੂਵੀ ਬਹੁਤ ਵਧੀਆ ਬਣੀ ਹੈ। ਅਤੇ ਪਹਿਲਾਂ ਪਹਿਲਾਂ ਸੀਨ ਮੋਤੀ ਵਾਂਗਰ ਪਰੋਇਆ ਵਾ, ਜਿਸ ਤਰ੍ਹਾਂ ਅਸੀਂ ਵੇਖਦੇ ਪਏ ਹਾਂ ਟ੍ਰੇਲਰ, ਬਹੁਤ ਬਹੁਤ ਹੀ ਅੱਛੀ, ਬਹੁਤ ਮਿਹਨਤ ਕਰੀ ਸਾਡੀ ਸਟਾਰ ਕਾਸਟ ਨੇ। ਹਾਂਜੀ, ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਇਹਨਾਂ ਦੇ ਮੂੰਹ ਚੋਂ ਸ਼ਬਦ। ਇਹ ਵੈਸੇ ਬੜਾ ਉਹ ਚੀਜ਼ ਹੁੰਦੀ ਆ, ਕਿਉਂਕਿ ਮੈਂ ਪ੍ਰੋਡਿਊਸਰ ਦੇ ਬਿਹਾਫ 'ਤੇ ਕਈ ਵਾਰੀ ਅਸੀਂ ਸੋਚਦੇ ਸੀ, ਆਰਟਿਸਟ ਹੁੰਦੇ ਹਾਂ ਮਤਲਬ ਅਸੀਂ ਸਕਰੀਨ 'ਤੇ ਆ ਜਾਂਦੇ ਹਾਂ, ਸਾਨੂੰ ਆਡੀਅੰਸ ਵੀ ਜਾਣਦੀ ਆ, ਔਰ ਸਾਡੇ ਪਿੱਛੇ ਜੋ 100 ਲੋਕ ਕੰਮ ਕਰਦੇ ਆ ਉਹਨਾਂ ਦੀ ਮਿਹਨਤ, ਔਰ ਪ੍ਰੋਡਿਊਸਰਸ ਡੇ 1 ਤੋਂ ਪੈਸੇ ਲਾਉਂਦੇ ਨੇ ਸਾਡੇ ਪਿੱਛੇ, ਔਰ ਉਹ ਹਰ ਚੀਜ਼ ਕੋਸ਼ਿਸ਼ ਕਰਦੇ ਆ ਪ੍ਰੋਵਾਈਡ ਕਰਦੇ ਕਿ ਸੀਨ 'ਚ ਕੋਈ ਮੈਨੇਜਮੈਂਟ 'ਚ ਪ੍ਰੋਬਲਮ ਨਾ ਹੋਵੇ, ਆਰਟਿਸਟ ਨੂੰ ਕੋਈ ਪ੍ਰੋਬਲਮ ਨਾ ਹੋਵੇ,
ਹੋਵੇ ਕਿਸੇ ਵੀ ਚੀਜ਼ ਨੂੰ, ਔਰ ਐਂਡ ਤੱਕ ਉਹ ਲਾਉਂਦੇ ਨੇ ਔਰ ਸਭ ਤੋਂ ਲਾਸਟ 'ਤੇ ਉਹਨਾਂ ਨੂੰ ਰਿਸੀਵ ਹੁੰਦਾ ਹੈ, ਬੋਲਦੇ ਵੀ ਘੱਟ ਨੇ, ਬਹੁਤ ਘੱਟ, ਔਰ ਇਹ ਪਤਾ ਹਿੰਮਤ ਹੀ ਚਾਹੀਦੀ ਹੁੰਦੀ ਹੈ, ਔਰ ਪ੍ਰੋਡਿਊਸਰਸ ਕਰਕੇ ਹੀ ਆਈ ਥਿੰਕ ਅਸੀਂ ਆਰਟਿਸਟ ਹੈਗੇ ਹਾਂ। ਸੋ ਮੈਂ ਇਹੀ ਚਾਹੂੰਗੀ ਕਿ ਅਸੀਂ ਮੂਵੀ ਬਣਾਈ ਹੈ, ਜਾ ਕੇ ਤੁਸੀਂ 22 ਮਾਰਚ ਨੂੰ ਜ਼ਰੂਰ ਦੇਖ ਕੇ ਆਇਓ ਤਾਂ ਕਿ ਸਾਡੇ ਪ੍ਰੋਡਿਊਸਰਸ ਵੀ ਬਹੁਤ ਜ਼ਿਆਦਾ ਖੁਸ਼ ਹੋ ਜਾਣ। ਇਹੋ ਹੀ ਆਖ ਦਿਓ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੱਲ ਕਿ ਕਦੋਂ ਮੈਡਮ ਨੇ ਦੱਸਿਆ ਕਿ 22 ਮਾਰਚ। ਹਾਂਜੀ, ਇਹ 22 ਮਾਰਚ ਨੂੰ ਸਾਡੀ ਫਿਲਮ ਸੰਗਰਾਂਦ ਰਿਲੀਜ਼ ਹੋਣ ਜਾ ਰਹੀ ਹੈ ਜੀ, ਸਾਰੇ ਤੁਸੀਂ ਥੀਏਟਰਸ ਦੇ ਵਿੱਚ ਦੇਖ ਕੇ ਆਇਓ, ਕਿਉਂਕਿ ਐਕਚੁਅਲੀ ਨਾ ਆਪਾਂ ਕਮੀਆਂ ਕੱਢਣੀਆਂ, ਦੇਖੋ ਹਰ ਇੱਕ ਨੇ ਮਿਹਨਤ ਕੀਤੀ ਹੈ, ਠੀਕ ਹੈ ਤੁਸੀਂ ਵੀ ਪੈਸੇ ਲਾ ਕੇ ਉੱਥੇ ਜਾਂਦੇ ਹੋ, ਪਰ ਇੱਕ ਪੰਜਾਬੀਅਤ ਦੇ ਨਾਤੇ, ਕਿਉਂਕਿ ਸਾਡਾ ਪੰਜਾਬੀ ਸਿਨੇਮਾ ਛੋਟਾ ਹੈ, ਸੋ ਜੇ ਉਹ ਰਿਕਵਰੀ ਨਹੀਂ ਹੁੰਦੀ ਹੈਗੀ ਨਾ, ਸੋ ਫਿਰ ਹੋਰ ਫਿਲਮਾਂ ਫਲੋਰ ਦੇ ਉੱਤੇ ਨਹੀਂ ਆਉਂਦੀਆਂ। ਸੋ ਠੀਕ ਹੈ ਜੀ, ਤੁਹਾਡਾ ਪੂਰਾ ਹੱਕ ਬਣਦਾ ਕਿ ਜੇ ਚੰਗੀ ਫਿਲਮ ਨਹੀਂ ਬਣੀ ਉਹਨੂੰ ਨਕਾਰਨ ਦਾ, ਪਰ ਪਲੀਜ਼ ਸਪੋਰਟ ਕਰਿਓ ਸਾਡੀ ਪੰਜਾਬੀਅਤ ਵਾਸਤੇ, ਪੰਜਾਬੀ ਸਿਨੇਮੇ ਵਾਸਤੇ, ਕਿਉਂਕਿ ਇਹਦੇ ਨਾਲ ਪੂਰੇ ਪੰਜਾਬ ਦੇ ਸਨਅਤ ਦੇ ਉੱਤੇ ਫਰਕ ਪੈਂਦਾ ਹੈ ਨਾ ਜੀ। ਸੋ ਬਹੁਤ ਸਹੀ ਗੱਲ ਆ, ਬਿਲਕੁਲ ਲਵਸ ਤੁਸੀਂ ਸੁਣੇ ਹੋਣੇ ਆ, ਟ੍ਰੇਲਰ ਵੀ ਤੁਸੀਂ ਦੇਖ ਲਿਆ ਹੋਣਾ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਸੁਣਨ ਤੋਂ ਬਾਅਦ ਜਾਂ ਟ੍ਰੇਲਰ ਦੇਖਣ ਤੋਂ ਬਾਅਦ ਤੁਸੀਂ ਸਿਨੇਮਾ ਹਾਲਾਂ ਦੇ ਵਿੱਚ 22 ਤਰੀਕ ਨੂੰ ਨਾ ਪਹੁੰਚੋ, ਕਿਉਂਕਿ ਫਿਲਮ ਦੇ ਵਿੱਚ ਕੁਝ ਖਾਸ ਲਿਆਂਦਾ ਗਿਆ ਪੰਜਾਬ ਦੇ ਲੋਕਾਂ ਵਾਸਤੇ। ਕੈਮਰਾਮੈਨ ਮਨੋਜ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।